ਟ੍ਰੇਨ ਨਾਲ ਟਕਰਾਉਣ ਉੱਤੇ ਜ਼ਖਮੀ ਹੋਇਆ ਹਾਥੀ ਇਲਾਜ ਅਧੀਨ। ਉੜੀਸਾ ਵਿੱਚ ਇੱਕ 12 ਸਾਲਾ ਹਾਥੀ ਉਸ ਵਕਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦੋਂ ਉਹ ਝਾਰਸੂਗੜਾ ਜ਼ਿਲ੍ਹੇ ਦੇ ਜੰਗਲਾਂ ਵਿੱਚ ਟ੍ਰੇਨ ਨਾਲ ਟਕਰਾ ਗਿਆ। ਹਾਥੀ ਨੂੰ ਜ਼ਖਮੀ ਹੋਏ ਕੁਝ ਦਿਨ ਹੋ ਚੁੱਕੇ ਸਨ। ਅਧਿਕਾਰੀਆਂ ਵੱਲੋਂ ਹਾਥੀ ਦਾ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ।